ਅਸੀਂ ਮਾਂ ਪਿਓ ਕਿੰਨੇ ਬਦਕਿਸਮਤ ਹੁੰਦੇ ਹਾਂ, ਜਦੋਂ ਬੱਚੇ ਸਾਨੂੰ ਜਦੋਂ ਲੋੜ ਹੁੰਦੀ ਹੈ ਉਸ ਵੇਲੇ ਬੱਚੇ ਸਾਡੇ ਨਾਲ ਨਹੀਂ ਹੁੰਦੇ, ਜਾਂ ਇਹ ਨਹੀਂ ਪੁੱਛਦੇ ਵੀ ਰਾਤ ਸੁੱਤੇ ਹੋ ਕਿ ਨਹੀਂ, ਜਾਂ ਕੋਈ ਤਕਲੀਫ ਹੁੰਦੀ ਤਾਂ ਨਹੀਂ ਹੋਈ, ਸਵੇਰੇ ਠੀਕ ਠਾਕ ਉੱਠੇ ਹੋ, ਭੁੱਖ ਲੱਗਦੀ ਪਈ ਕਿ ਨਹੀਂ, ਇਹ ਛੋਟੀ ਛੋਟੀਆਂ ਗੱਲਾਂ ਹੁੰਦੀਆਂ। ਸੋ ਮੈਨੂੰ ਤਾਂ ਇਹ ਲੱਗਦਾ ਕਿ ਹੁਣ ਤੁਸੀਂ ਸਮਝ ਲਓ, ਜੇ ਇਹ ਸਾਰੀਆਂ ਚੀਜ਼ਾਂ ਨੂੰ ਸਮਝ ਲਓ ਨਾ, ਇਹ ਸਾਰਾ ਦਾ ਸਾਰਾ, ਫਿਰ ਤੁਸੀਂ ਪੁੱਛੋ ਆਪਣੇ ਆਪ ਨੂੰ, ਮੈਂ ਲੱਕੀ ਹਾਂ ਕਿ ਅਨਲੱਕੀ ਹਾਂ, ਅਤੇ ਇਹ ਪੁੱਛੋ ਵੀ ਲੱਕੀ ਹੋਣਾ ਕੀ ਹੁੰਦਾ। ਦਿਖਾਵੇ ਨਾਲ ਬੰਦਾ ਲੱਕੀ ਹੋ ਸਕਦਾ ਹੈ, ਜਿਹੜਾ ਬੰਦਾ ਇੰਨਾ ਅਨਲੱਕੀ ਹੈ ਨਾ, ਉਹ ਹਮੇਸ਼ਾ ਆਪਣੇ ਆਪ ਨੂੰ ਇੰਸਟਾ 'ਤੇ ਦਿਖਾਏਗਾ, ਫੇਸਬੁੱਕ 'ਤੇ ਦਿਖਾਏਗਾ ਮੈਂ ਕਿੰਨਾ ਲੱਕੀ ਹਾਂ। ਉਹ ਕਿਉਂ ਕਹਿ ਰਿਹਾ ਹੈ, ਕਿਉਂ ਉਹਨੂੰ ਲੋੜ ਪੈ ਗਈ ਇੰਸਟਾ 'ਤੇ ਜਾ ਕੇ ਆਪਣੀਆਂ ਫੋਟੋ ਪਾਉਣ ਦੀ? ਹਾਂਜੀ ਕਿਉਂ ਪੈ ਗਈ ਲੋੜ ਬੇਟੇ? ਬੜਾ ਔਖਾ ਲਫ਼ਜ ਬੋਲਦਾ ਹੈ ਐਕਸਟਰਨਲ ਵੈਲੀਡੇਸ਼ਨ, ਹੁਣ ਐਕਸਟਰਨਲ ਵੈਲੀਡੇਸ਼ਨ ਦਾ ਮਤਲਬ ਸਮਝਾਏ। ਐਕਸਟਰਨਲ ਵੈਲੀਡੇਸ਼ਨ ਮਤਲਬ ਖੁਦ ਦੀ ਸੈਲਫ ਸਟੀਮ ਇੰਨੀ ਲੋ ਹੈ ਕਿ ਬਾਹਰੋਂ ਲੋਕਾਂ ਕੋਲੋਂ ਉਹ ਚੀਜ਼ ਚਾਹੀਦੀ ਹੈ ਕਿ ਵੀ ਮੈਂ ਮੇਰੀ ਲਾਈਫ ਬਹੁਤ ਵਧੀਆ ਹੈ, ਤੇ ਅੰਦਰੋਂ ਉਹਨੂੰ ਪਤਾ ਹੁੰਦਾ ਵੀ ਅੰਦਰੋਂ ਉਹਨੂੰ ਪਤਾ ਹੈ ਕਿ ਅਗਰ ਮੈਂ ਨਹੀਂ ਦੱਸੂੰਗਾ ਲੋਕਾਂ ਨੂੰ ਤਾਂ ਮੈਨੂੰ ਤਾਂ ਪਤਾ ਹੀ ਹੈ। ਤੇ ਫਿਰ ਉਹਨੂੰ ਵਧੀਆ ਵਧੀਆ ਫੋਟੋ ਹੱਸਦਿਆਂ ਖਿੱਚ ਕੇ ਪਾਣੀ ਪੈਂਦੀ ਹੈ, ਮਤਲਬ ਉਹ ਬਾਕੀ ਤੁਹਾਨੂੰ ਲਾਈਕ ਕਰਦੇ ਹੋਣਗੇ ਜਿਹੜੇ ਬੰਦੇ ਤੁਹਾਡੀ ਫੋਟੋ ਤੇ ਲਾਈਕ ਕਰਨਗੇ, ਕਿ ਉਹ ਇਸ ਕਰਕੇ ਕਰਨਗੇ ਕੱਲ ਨੂੰ ਮੈਂ ਫੋਟੋ ਪਾਣੀ ਹੈ ਤੇ ਫਿਰ ਇਹ ਲਾਈਕ ਕਰੇਗੀ ਨਾ, ਘੱਟ ਤੋਂ ਘੱਟ ਮੈਨੂੰ ਇੰਨੇ ਲਾਈਕ ਤੇ ਮਿਲ ਜਾਣਗੇ। ਸੋ ਇਹ ਫਿਰ ਕਾਰੋਬਾਰ ਹੋ ਗਿਆ ਨਾ, ਕਾਰੋਬਾਰ ਇਹੀ ਹੋ ਗਿਆ ਕਿ ਆਪਣੇ ਆਪ ਨੂੰ ਜਿਤਾਉਣਾ ਮੁਕਾਬਲੇ ਬਾਰੀ ਚ ਲੋਕਾਂ ਦਾ ਨੁਕਸਾਨ ਕਰਨਾ, ਇਹਨੂੰ ਕਹਿੰਦੇ ਕਾਰੋਬਾਰ। ਅੱਜ ਕੱਲ੍ਹ ਦਾ ਕਾਰੋਬਾਰ ਇਹ ਹੈ ਕਿ ਆਪਣਾ ਕਰੋ ਫਾਇਦਾ ਤੇ ਦੂਜਿਆਂ ਦਾ ਕਰੋ ਨੁਕਸਾਨ, ਤੇ ਅਸੀਂ ਕਹੋ ਜੀ ਅਸੀਂ ਕਾਰੋਬਾਰ ਕਰ ਰਹੇ ਹਾਂ, ਇਹ ਕਾਰੋਬਾਰ ਹੈ ਸਾਡਾ। ਅਸੀਂ ਇਸ ਚੀਜ਼ 'ਤੇ ਤਾਂ ਬਿਲੀਵ ਹੀ ਨਹੀਂ ਕਰਦੇ ਵੀ ਅਸੀਂ ਵੀ ਜਿੱਤੀਏ ਤੇ ਅਗਲਾ ਵੀ ਜਿੱਤੇ। ਜਿੰਨੀ ਦੇਰ ਅਗਲਾ ਨਹੀਂ ਜਿੱਤਿਆ ਤੇਰਾ ਕਾਰੋਬਾਰ ਕਿਸ ਕੰਮ ਦਾ ਬਈ? ਜਿੰਨੀ ਦੇਰ ਤੱਕ ਮੇਰਾ ਪੇਸ਼ੈਂਟ ਨਹੀਂ ਠੀਕ ਹੋਇਆ, ਮੇਰਾ ਪੇਸ਼ੈਂਟ ਸੈਟਿਸਫਾਈ ਨਹੀਂ ਹੋਇਆ, ਤੇ ਮੇਰਾ ਹਸਪਤਾਲ ਕਿਸ ਵਾਸਤੇ? ਮੈਂ ਇੱਥੇ ਕਿਸ ਵਾਸਤੇ ਬੈਠਾ? ਮੈਂ ਕਿਉਂ ਡਾਕਟਰ ਹਾਂ? ਕਾਰੋਬਾਰ ਤਾਂ ਇਹ ਹੁੰਦਾ ਕਿ ਮੈਨੂੰ ਪਹਿਲਾਂ ਖਿਆਲ ਹੋਏ ਕਿ ਮੇਰਾ ਪੇਸ਼ੈਂਟ ਠੀਕ ਹੋਣਾ ਚਾਹੀਦਾ, ਮੇਰਾ ਪੇਸ਼ੈਂਟ ਸੈਟਿਸਫਾਈ ਹੋਏ, ਮੈਂ ਆਪਣੇ ਪੇਸ਼ੈਂਟ ਨਾਲ ਗੱਲ ਕਰ ਸਕਾਂ, ਮੈਂ ਉਸ ਪੇਸ਼ੈਂਟ ਨਾਲ ਲੈਵਲ 'ਤੇ ਆ ਸਕਾਂ ਵੀ ਜਿਸ ਲੈਵਲ 'ਤੇ ਉਹ ਗੱਲ ਸਮਝਦਾ, ਮੈਂ ਉਸ ਲੈਵਲ 'ਤੇ ਗੱਲ ਕਰਾਂ। ਹਰ ਕੋਈ ਬੰਦਾ ਕਰ ਸਕਦਾ। ਜਿੰਨੇ ਵੀ ਆ ਸਾਡੇ ਕਾਰੋਬਾਰ ਹੈ, ਅਸੀਂ ਇਹ ਸੋਚਣਾ ਸ਼ੁਰੂ ਕਰ ਦਈਏ ਕਿ ਇਹ ਕਾਰੋਬਾਰ ਦਾ ਮਤਲਬ ਕੀ ਹੈ।